सब्सक्राइब करें न्यूज 89 वेब चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। आज अचानक एक बात देखने में आई यहाँ की नगर कौंसिल में, जब वार्ड नंबर 18 के भाजपा पार्षद पवन मुखेजा अपने वार्ड में विकास ना होने के चलते राजपुरा नगर कौंसिल में बोरी बिछाकर अकेले ही धरने पर बैठ गए। मुखेजा को नगर कौंसिल में बैठे अभी आधा घंटा भी नहीं हुआ था कि नगर कौंसिल के ईओ सरदार रवनीत सिंह पार्षद पवन मुखेजा के पास आए और उनसे धरने की वजह पूछते हुए खुद ही बोरी बिछाकर पवन मुखेजा के सामने बैठकर मुखेजा के वार्ड में आ रही दिक्कतों के बारे में उनसे बात करने लगे। इस मौके पर नगर कौंसिल के ईओ सरदार रवनीत सिंह द्वारा मौके पर ही नगर कौंसिल के अन्य अधिकारियों को बुलाकर वार्ड नंबर 18 में विकास कार्य करवाने का वायदा कर पार्षद पवन मुखेजा को खुद हाथ पकड़कर धरने से उठाया। इस मौके पर धरने पर बैठे पवन मुखेजा व नगर कौंसिल के ईओ सरदार रवनीत सिंह से हमारे संवाददाता ने विशेष तौर पर बात की। आइए सुनते हैं इस मौके पर उनका क्या कहना था। ਮੁਕੇਸ਼ ਜੀ, ਅੱਜ ਕੀ ਧਰਨਾ ਲਾਇਆ ਸੀਗਾ ਤੁਸੀਂ? ਉਰੇ ਬੋਰੀ ਵਿਛਾ ਕੇ ਬੈਠ ਗਏ ਅੱਜ ਨਗਰ ਕੌਂਸਲ ਦੇ ਵਿੱਚ, ਕਿਆ ਵਜ੍ਹਾ ਸੀ ਭਰਾਜੀ? ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਦੇ ਕਿਸੇ ਕੋਲ ਕੋਈ ਟਾਈਮ ਨਹੀਂ ਹੁੰਦਾ ਕਿ ਉਹ ਇੰਨਾ ਟਾਈਮ ਕੱਢ ਲਵੇ, ਪਰ ਮੇਰੀ ਮਜਬੂਰੀ ਸੀ ਜਿਹੜਾ ਮੈਨੂੰ ਧਰਨਾ ਲਾਉਣਾ ਪਿਆ, ਕਿਉਂਕਿ ਪਿਛਲੇ 2-2.5 ਸਾਲ ਤੋਂ ਮੈਂ ਦੇਖ ਰਿਹਾ ਕਿ ਮੇਰੇ ਵਾਰਡ ਦੀਆਂ ਸੜਕਾਂ ਇੰਨੀਆਂ ਮਾੜੀ ਹਾਲਤ 'ਚ ਨੇ। ਨਰਿੰਦਰ ਸ਼ਾਸਤਰੀ ਪ੍ਰਧਾਨ ਖੁਦ ਵੀ ਚੈੱਕ ਕਰਕੇ ਆਇਆ, ਉਹ ਵੀ ਮੰਨਿਆ ਵੀ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਕਾਰਨ ਹੈ ਕਿ ਪਿਛਲੇ 2-2.5 ਸਾਲ ਦੇ ਕਰੀਬ 1 ਕਰੋੜ ਰੁਪਏ ਦਾ ਐਸਟੀਮੇਟ ਮੇਰੇ ਵਾਰਡ ਦੇ ਪਾਸ ਨੇ, 1 ਕਰੋੜ ਰੁਪਏ ਦੇ, ਔਰ ਪਟੇਲ ਕਲੋਨੀ ਦੀਆਂ ਸਾਰੀਆਂ ਸੜਕਾਂ ਪਾਸ ਨੇ, 2.5 ਸਾਲ ਦੇ ਕਰੀਬ ਹੋ ਗਏ, ਪਰ ਇਹ ਕੰਮ ਨਹੀਂ ਕਰ ਰਹੇ ਸੀਗੇ। ਅਤੇ ਜਦੋਂ ਵੀ ਅਸੀਂ ਸੜਕਾਂ 'ਤੇ ਲੰਘਦੇ ਜੀ, ਸਾਨੂੰ ਬੜਾ ਦੁੱਖ ਹੁੰਦਾ ਸੀ ਵੀ ਸਾਨੂੰ ਜਨਤਾ ਨੇ ਚੁਣ ਕੇ ਭੇਜਿਆ, ਵੀ ਚੁਣ ਕੇ ਇਸ ਕਰਕੇ ਨਹੀਂ ਭੇਜਿਆ ਕਿ ਅਸੀਂ ਚੁੱਪ ਕਰਕੇ ਬੈਠ ਜਾਈਏ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਲੋਕਾਂ ਦੀ ਆਵਾਜ਼ ਅੱਗੇ ਤੱਕ ਪਹੁੰਚਾਈਏ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਡੀ ਆਵਾਜ਼ ਉੱਪਰ ਤੱਕ ਜਾ ਰਹੀ ਹੈ। ਹੁਣ ਜਿਹੜੀ ਧਰਨੇ ਦੀ ਗੱਲ ਹੈ, ਧਰਨਾ ਤਾਂ ਮੈਂ 50 ਬੰਦੇ ਵੀ ਇਕੱਠੇ ਕਰ ਸਕਦਾ ਸੀਗਾ, 100 ਵੀ ਇਕੱਠੇ ਕਰ ਸਕਦਾ ਸੀਗਾ, ਪਰ ਮੇਰੀ ਜ਼ਿੰਮੇਵਾਰੀ ਲੋਕਾਂ ਦਾ, ਮੈਂ ਪ੍ਰਤੀਨਿਧੀ ਹਾਂ, ਲੋਕਾਂ ਨੂੰ ਮੈਂ ਇੱਕ ਪ੍ਰੋਮਿਸ ਕੀਤਾ, ਤੁਹਾਡੇ ਸੁੱਖ ਦੁੱਖ ਦਾ ਸਾਥੀ ਮੈਂ ਬਣਾਂਗਾ, ਤੁਹਾਡੀ ਦੁੱਖ ਤਕਲੀਫ ਮੈਂ ਦੂਰ ਮੈਂ ਕਰਾਂਗਾ। ਜੇ ਉਸ ਤੋਂ ਬਾਵਜੂਦ ਵੀ ਮੈਂ ਉਹਨਾਂ ਨੂੰ ਲੈ ਕੇ ਆਵਾਂ, ਤਾਂ ਫਿਰ ਮੇਰੇ ਉਸ ਵਾਅਦਾ ਨਾ ਰਿਹਾ ਕਿ ਜੇ ਮੈਂ ਉਹਨਾਂ ਨੂੰ ਬੈਠ ਕੇ ਧਰਨੇ ਲਵਾਉਣੇ, ਆਓ ਧਰਨੇ ਲਾਓ ਜੀ, ਆਓ ਜੀ ਮੇਰੇ ਨਾਲ ਚੱਲੋ ਜੀ। ਇਸ ਲਈ ਮੇਰੀ ਸੋਚ ਹੈ ਕਿ ਮੈਂ ਉਹਨਾਂ ਦੇ ਸੁੱਖ ਦੁੱਖ ਦਾ ਸਾਥੀ ਹਾਂ, ਮੈਂ ਉਹਨਾਂ ਦੀ ਦੁੱਖ ਤਕਲੀਫ ਮੈਂ ਦੂਰ ਕਰਨ ਵਾਸਤੇ ਉਹਨਾਂ ਨੇ ਮੈਨੂੰ ਚੁਣਿਆ। ਇਸ ਲਈ ਜਦੋਂ ਵੀ ਜਿੱਥੇ ਵੀ ਮੈਨੂੰ ਲੋੜ ਪਏਗੀ, ਈਵਨ ਦੈਨ ਕਿ ਸਵੇਰੇ ਨਹੀਂ, ਜਦੋਂ ਵੀ 24 ਘੰਟੇ ਮੈਨੂੰ ਜਿੱਥੇ ਵੀ ਦੇਖੇਗਾ ਵੀ ਮੇਰੇ ਵਾਰਡ ਦੇ ਲੋਕਾਂ ਨੂੰ ਧੱਕਾ ਹੋ ਰਿਹਾ, ਚਾਹੇ ਜੋ ਮਰਜ਼ੀ ਸਵੇਰ ਹੋਵੇ, ਸ਼ਾਮ ਹੋਵੇ, ਦੁਪਹਿਰ ਹੋਵੇ, ਰਾਤ ਹੋਵੇ, ਮੈਂ 24 ਘੰਟੇ ਜਨਤਾ ਦੇ ਹਿੱਤ ਦੇ ਰੱਖ ਲਈ ਉੱਥੇ ਖੜ੍ਹਾ ਦਿਖਾਈ ਦੇਵਾਂਗਾ। ਅਤੇ ਹੁਣ ਜਿਹੜਾ ਜਿਵੇਂ ਈਓ ਸਾਹਿਬ ਵੀ ਉਰੇ ਤੁਹਾਡੇ ਸਾਹਮਣੇ ਹੀ ਬਿਲਕੁਲ ਨਗਰ ਕੌਂਸਲ ਦੇ ਵਿੱਚ ਥੱਲੇ ਬੋਰੀ ਵਿਛਾ ਕੇ ਬੈਠ ਗਏ ਅਤੇ ਤੁਹਾਡੇ ਨਾਲ ਗੱਲਬਾਤ ਹੋਈ ਹੈ, ਤੁਹਾਨੂੰ ਹੱਥ ਫੜ ਕੇ ਖੜਾ ਕੀਤਾ, ਇਹਦਾ ਹੁਣ ਕਿਹਦਾ ਕੀ ਮਤਲਬ ਸਮਝਿਆ ਜਾਵੇ ਵੀ ਆਉਣ ਵਾਲੇ ਦਿਨ ਤੁਸੀਂ ਧਰਨਾ ਨਹੀਂ ਲਾਓਗੇ, ਮਤਲਬ ਤੁਹਾਡੇ ਕੰਮ ਹੋ ਜਾਣਗੇ? ਦੇਖੋ, ਹੁਣ ਉਹਨਾਂ ਨੇ ਤੁਹਾਡੇ ਪ੍ਰੈਸ ਦੇ ਸਾਹਮਣੇ ਆਸ਼ਵਾਸਨ ਦਿੱਤਾ ਵੀ ਇਹਨਾਂ ਦੇ 29 ਲੱਖ ਦੇ ਕੰਮ ਅਸੀਂ ਪ੍ਰੋਸੈਸ 'ਚ ਲਿਆਤੇ ਨੇ। ਮੈਂ ਕਿਹਾ ਵੀ 29 ਲੱਖ ਨਾਲ ਕੁਛ ਨਹੀਂ ਬਣਨਾ, ਜਦਕਿ ਮੇਰੇ ਵਾਰਡ ਦੇ 1 ਕਰੋੜ ਰੁਪਏ ਦੇ ਕੰਮ ਪਾਸ ਨੇ, ਤਾਂ ਇਹਨਾਂ ਨੇ ਕਿਹਾ ਕਿ ਹਾਲੇ ਜਿਹੜਾ ਪ੍ਰੋਸੈਸ ਦੇ ਵਿੱਚ ਜਿਹੜੇ ਪ੍ਰੋਸੈਸਿੰਗ 'ਚ ਕੰਮ ਹੈਗਾ ਉਹ ਹਾਲੇ ਸ਼ੁਰੂ ਕਰਾਓ, ਬਾਕੀ ਕੰਮ ਬਾਅਦ 'ਚ ਦੇਖਾਂਗੇ। ਜੇ ਮੈਨੂੰ ਲੱਗੇਗਾ ਕਿ ਹਾਲੇ ਵੀ ਜਾਣਬੁੱਝ ਕੇ ਪੱਖਪਾਤ ਕੀਤਾ ਜਾ ਰਿਹਾ, ਮੇਰੇ ਵਾਰਡ ਦੇ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਨਹੀਂ ਹੋ ਰਹੇ, ਤਾਂ ਡੈਮੋਕ੍ਰੇਸੀ ਦਾ ਸਾਡਾ ਰਾਈਟ ਹੈ, ਜੋ ਕੰਸਟੀਟਿਊਸ਼ਨ ਦਾ ਸਾਡਾ ਰਾਈਟ ਹੈ, ਜੋ ਲਾਅ ਦਾ ਸਾਡਾ ਰਾਈਟ ਹੈ, ਉਹ ਸਾਡੇ ਕੋਲ ਖੁੱਲ੍ਹਾ, ਸਾਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਹੋਏਗੀ। ਫਿਰ ਉਹੀ ਦਰੀ ਹੋਏਗੀ, ਉਹੀ ਬੋਰੀ ਹੋਏਗੀ, ਉਹੀ ਪਵਨ ਮੁਖੀਜਾ ਹੋਏਗਾ, ਉਹੀ ਥਾਂ ਹੋਏਗੀ। ਠੀਕ ਹੈ ਜੀ। ਜਿਹੜਾ ਪਵਨ ਮੁਖੀਜਾ ਜੀ ਆਪਣੇ ਵਾਰਡ 'ਚ ਕੰਮਾਂ ਨੂੰ ਲੈ ਕੇ ਵੀ ਮੇਰੇ ਇਹ ਦੋਸ਼ ਲਾਏ, ਇਹਨਾਂ ਨੇ ਵੀ ਸਾਡੇ ਉਰੇ ਕੰਮ ਨਹੀਂ ਹੋ ਰਹੇ ਵਾਰਡ 'ਚ, ਅਤੇ ਉਹਨੂੰ ਲੈ ਕੇ ਕਹਿੰਦੇ ਵੀ ਅਸੀਂ ਰੋਜ਼ ਇੱਕ ਮਤਲਬ ਹਰ ਹਫ਼ਤੇ ਹਰ ਮਹੀਨੇ 1 ਘੰਟੇ ਦਾ ਜਿਹੜਾ ਧਰਨਾ ਦਿਆ ਕਰਾਂਗੇ। ਸਰ, ਇਹ ਕਿਉਂ ਆਖਿਰ ਪਾਰਸ਼ਦ ਨੂੰ ਕਿਉਂ ਐਵੇਂ ਕਰਨਾ ਪੈ ਰਿਹਾ? ਦੇਖੋ, ਇਹਨਾਂ ਦੇ ਜਿਹੜੇ ਗ੍ਰੀਵੈਂਸਿਸ ਉਹ ਇਹ ਹੈ ਵੀ ਇਹ ਕਹਿੰਦੇ ਵੀ 2.5 ਸਾਲ ਹੋ ਗਏ ਵੀ ਮੈਂ ਕੁਛ ਕੰਮ ਪਾਸ ਕਰਾਏ ਸੀਗੇ, ਲੇਕਿਨ ਉਹ ਕੰਮ ਕਹਿੰਦੇ ਸਾਡੇ ਹੋਏ ਨਹੀਂ ਹੈਗੇ। ਅਤੇ ਉਹਦੇ ਰਿਗਾਰਡਿੰਗ ਹੁਣ ਜੇ ਮੈਂ ਆਪਣੀ ਗੱਲ ਕਰਾਂ, ਮੈਂ ਤਾਂ ਇੱਥੇ 6 ਮਹੀਨੇ ਤੋਂ ਹਾਂ, ਬਟ ਇਹਨਾਂ ਦਾ ਗ੍ਰੀਵੈਂਸ ਤਾਂ ਇਹਨਾਂ ਆਪਣੀ ਥਾਂ 'ਤੇ ਹੈਗਾ। ਉਹ ਪਹਿਲਾਂ ਕਿਉਂ ਨਹੀਂ ਹੋਏ 2.5 ਸਾਲ, ਉਹਦੇ ਬਾਰੇ ਤਾਂ ਮੈਂ ਨਹੀਂ ਜਵਾਬ ਦੇ ਸਕਦਾ, ਬਟ ਅੱਜ ਦੀ ਜਿਹੜੀ ਪੁਜੀਸ਼ਨ ਹੈ, ਅੱਜ ਦੀ ਪੁਜੀਸ਼ਨ 'ਚ ਸਾਡੀ ਹੁਣ ਡਿਸਕਸ਼ਨ ਹੋਈ ਹੈ,
डिस्कशन दे विच दो कम असी ऑलरेडी टेंडर कर चुके हैं, उहदे चों 10.5 लख का एक कम है तो 19 लख का ही, हाँ जी 19 लख का ऑलरेडी दूजा कम हैगा, वह असी इन प्रोसैस है, बड़ी जल्दी शुरू कर देंगे। सर मतलब इन्हों क्यों इस तरह लगे भी साढ़े काम नहीं हो रहे भी सरकार नहीं, देखो नहीं नहीं देखो इन्होंने 2.5 साल कहे ने हूँ 2.5 साल का जवाब तो यह मैं नहीं ना दे सकता, मैं 6 महीने का जवाब दे सकता, 6 महीने च मैं 30 लाख की प्रोग्रेस कटती, वो 2.5 साल नहीं निकली, तो चलो सामने बैठे ने। सर वैसे भी देखा जाता राजपुर की सड़क का बहुत बुरा हाल है सर, वो बिटूमन के टेंडर लगाए थे सामने, वो टेंडर तिना ने जरूरी ने, वो तीन नहीं आए इस करके अपने इलेक्शन तो पहला भी हो ना कम सिरे नहीं लग सके, दोबारा फिर सामने टेंडर कॉल करते हैं ऑलरेडी लुक वाली सड़कों के जो कि 3-4 करोड़ रुपए के कम ने। सर एक और है भी आप अमूमन व्हाट्सएप पर मैसेज देखते हैं भी हिंदुस्तान भी पानी की बहुत कमी हो रही है आने वाले टाइम, पर देखे जाते लोग सवेरे डेली घर धो रहे होंगे अपने घर थलियाँ धो रहे होंगे, पानी बहुत ज़्यादा वेस्टेज हो रहा है। ये ब्रांच डायरैक्टली मेरे अंडर नहीं है क्योंकि यह जो है सीवरेज बोर्ड लुकिंग टू कर रहा है इस चीज़ को, वो एक वक्रा महकमा हैगा, असं इन्हों जरूर लिखांगे जरा तो सवाल उठाया भी इस तरह करके पानी की वेस्टेज क्यों हो रही है रोकी जाए। सर हूँ अभी ये समझिए भी हूँ इन्हों पवन मुखिया जी करने के बैठने की लड़ नहीं तो ऑलरेडी असं कर चुके हैं, सारा प्रधान जी वालों सैंक्शन हो गया, MLA साहब वालों सारा कुछ हो चुका, टेंडर कॉल हो चुके, वर्क ऑर्डर हो चुके, उस चीज़ का हो रहा है, दूजे का एक बार 19 लाख का है टेंडर ऑलरेडी कॉल हो जाएगा, बस पहला हूँ प्रोसैस है अच्छे तो बिना उस तो पार्शियलिटी तो कम कर रहे हैं, ना मेरी तो तुम दसना भी 2.5 साल की गल कर रहे हैं, देखो आप पुछोगे तुम इन्हों अपने 6 महीने पैदा ने, 2 साल तो अपने तो पुराने ने हूँ वो बारे तो मैं जवाब नहीं दे सकता, वो बैटर ये दे सकते हैं या जो उदों से वो दे सकते हैं। एक मैसेज मैं जरूर देना चाहना है, 16 जुलाई तो लैके 23 जुलाई तक राजपुर के बहुत व्डे पद्धर से प्लांटेशन ड्राइव शुरू की जानी है, उहदे विच की हैगा भी जिथे प्लांट्स हुंदे ने 5 तों 6 डिग्री दे टैंपरेचर दा फर्क पै जांदा उस शहर दा, इह इक पुन्न दा कम हैगा, मैं प्रैस नूं भी और शहर निवासियों नूं भी कहूँगा भी इहदे च ना आपां वध चढ़ के हिस्सा पाइए, प्लांटेशन ड्राइव दे विच सानूं बहुत उपरले पद्धर तों NGOs वल्लों भरोसा मिलिया भी वह भी पार्टीसपेट करनगे, सो मैं लोग जिहड़े साडे सिटीजनस ने उन्हों भी मैं कहूँगा भी वो भी पार्टीसपेट करने के लिए। थैंक यू। सारिया देखो जेड़ा जेड़िया तो ऑलरेडी कंक्रीट बन चुकी है साढ़े आने तो पहला उत्थे तो नहीं मैं हूँ कह सकता, लेकिन उत्थे असी फिर भी जगह बनावांगे, असी हूँ जरूर जगह रख रहे हैं, जिन्नी जगह मेरे आने तो पहला बाद सड़क बनिया ने उस असी स्पेस रख रहे हैं प्लांटेशन कराने की, उसे भी करावे जो पहले ऑलरेडी डिवेलप हो चुकी हैं उन्होंने किसी जगह पैदा करके थोड़ा 2-4 टाइलों कट के उसे भी लगा। थैंक यू। आज राजपुरा नगर कौंसिल में पहली बार देखने को मिला कि पार्षद द्वारा लगाए गए धरने में EO साहब को खुद बोरी बिछाकर उसकी परेशानियों को सुनते हुए नजर आए, आप ही बताएं इस बात को आप क्या कहेंगे, EO साहब ने पार्षद का दर्द महसूस किया या फिर किसी पार्षद ने इतना मजबूर कर दिया कि थक कर आज खुद EO साहब को किसी पार्षद के सामने इस तरह बोरी बिछाकर बैठने के लिए मजबूर होना पड़ा, आप अपने कमेंट हमें कमेंट बॉक्स में दे सकते हैं। राजपुरा से ब्यूरो रिपोर्ट News 89। सब्सक्राइब करें News 89 वेब चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद।